ਇਤਨੇ ਵਿੱਚ ਪਹਿਲੀ ਵਿਸ਼ਵ ਜੰਗ ਖਤਮ ਹੋ ਗਈ। ਫੌਜ ਵਿੱਚੋਂ ਜਿਨ੍ਹਾਂ ਦੀ ਛਟਨੀ ਕੀਤੀ ਗਈ ਉਹਨਾਂ ਵਿੱਚੋਂ 1 ਲੱਖ ਤੋਂ ਵਧੀਕ ਪੰਜਾਬੀ ਸਨ। ਹੁਣ ਮਹਾਤਮਾ ਗਾਂਧੀ ਨੇ ਆਜ਼ਾਦੀ ਦੇ ਅੰਦੋਲਨ ਦੀ ਬਾਗਡੋਰ ਸੰਭਾਲ ਲਈ ਸੀ। ਗਾਂਧੀ ਜੀ ਨੂੰ ਅੰਗਰੇਜ਼ ਦੀ ਨੇਕ ਨੀਤੀ 'ਤੇ ਬੜਾ ਵਿਸ਼ਵਾਸ ਸੀ, ਪਰ ਇਹ ਦੇਖ ਕੇ ਉਹਨਾਂ ਨੂੰ ਹੈਰਾਨੀ ਹੋਈ ਕਿ ਭਾਵੇਂ ਭਾਰਤ ਦੀ ਮਦਦ ਨਾਲ ਫਿਰੰਗੀ ਨੇ ਜੰਗ ਜਿੱਤ ਲਈ ਸੀ, ਉਹਦਾ ਭਾਰਤ ਛੱਡਣ ਦਾ ਕੋਈ ਇਰਾਦਾ ਨਹੀਂ ਸੀ। ਮਜਬੂਰ ਹੋ ਕੇ ਗਾਂਧੀ ਜੀ ਨੇ ਸੱਤਿਆਗ੍ਰਹਿ ਦਾ ਐਲਾਨ ਕਰ ਦਿੱਤਾ। ਸਰਕਾਰ ਨੇ ਗਾਂਧੀ ਜੀ ਨੂੰ ਹਿਰਾਸਤ ਵਿੱਚ ਲੈ ਲਿੱਤਾ। 13 ਅਪ੍ਰੈਲ 1919 ਦੇ ਪਵਿੱਤਰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਜਲ੍ਹਿਆਂਵਾਲੇ ਬਾਗ ਵਿੱਚ ਇੱਕ ਜਲਸਾ ਕਰਨ ਦਾ ਫੈਸਲਾ ਕੀਤਾ ਗਿਆ। ਪੰਜਾਬੀ ਸਰਕਾਰ ਨੇ ਸੈਫੂਦੀਨ ਕਿਚਲੂ ਤੇ ਡਾਕਟਰ ਸਤਪਾਲ ਪੰਜਾਬ ਕਾਂਗਰਸ ਦੇ ਨੇਤਾਵਾਂ ਨੂੰ ਫੜ ਕੇ ਨਿਰਵਾਸਿਤ ਕਰ ਦਿੱਤਾ। ਜਲ੍ਹਿਆਂਵਾਲੇ ਬਾਗ ਦੇ ਜਲਸੇ ਵਿੱਚ ਰੋਸ ਪ੍ਰਗਟ ਕਰਨ ਲਈ ਇਕੱਠੇ ਹੋਏ ਮਰਦ ਵੀ ਸਨ, ਔਰਤਾਂ ਵੀ ਸਨ, ਬੱਚੇ ਵੀ ਸਨ। ਉਸ ਸਵੇਰ ਬ੍ਰਿਗੇਡੀਅਰ ਜਨਰਲ ਐਡਵਰਡ ਹੈਰੀ ਡਾਇਰ, ਜਿਹੜਾ 2 ਦਿਨ ਪਹਿਲੇ ਆਪਣੀ ਫੌਜ ਨਾਲ ਅੰਮ੍ਰਿਤਸਰ ਪੁੱਜਾ ਸੀ, ਜਲ੍ਹਿਆਂਵਾਲੇ ਬਾਗ ਵਿੱਚ ਆਇਆ। ਆਉਂਦੇ ਸਾਰ ਉਸ ਬਾਗ ਤੋਂ ਬਾਹਰ ਜਾਣ ਵਾਲਾ ਇੱਕੋ ਇੱਕ ਰਾਹ ਬੰਦ ਕਰ ਦਿੱਤਾ ਅਤੇ ਨਿਹੱਥੇ ਲੋਕਾਂ 'ਤੇ ਗੋਲੀ ਵਰਸਾਉਣੀ ਸ਼ੁਰੂ ਕਰ ਦਿੱਤੀ। ਧੜ ਧੜ ਗੋਲੀਆਂ ਚੱਲ ਰਹੀਆਂ ਸਨ ਅਤੇ ਬੇਕਸੂਰ ਲੋਕਾਂ ਨੂੰ ਸਮਝ ਨਹੀਂ ਸੀ ਆ ਰਹੀ ਉਹ ਕਿੱਧਰ ਜਾਣ। ਆਖਰ ਫੌਜ ਦਾ ਜਦੋਂ ਸਾਰਾ ਗੋਲੀ ਸਿੱਕਾ ਮੁੱਕ ਗਿਆ ਤਾਂ ਉਹ ਸਾਹ ਲਿਆ। 390 ਪੰਜਾਬੀ ਥਾਂ 'ਤੇ ਹੀ ਸ਼ਹੀਦ ਹੋ ਗਏ ਅਤੇ ਹੋਰ ਕਿਤਨੇ ਜ਼ਖਮੀ ਹੋਏ। ਜਲ੍ਹਿਆਂਵਾਲਾ ਬਾਗ ਦੇ ਕਾਂਡ ਨੇ ਪੰਜਾਬ ਦੀ ਨੁਹਾਰ ਬਦਲ ਦਿੱਤੀ। ਸਾਰੇ ਦਾ ਸਾਰਾ ਸੂਬਾ ਲੋਹਾ ਲਾਖਾ ਹੋਇਆ, ਆਜ਼ਾਦੀ ਦੀ ਜੰਗ ਵਿੱਚ ਕੁੱਦ ਪਿਆ। ਹਰ ਕੋਈ ਵੱਧ ਤੋਂ ਵੱਧ ਕੁਰਬਾਨੀ ਦੇਣ ਲਈ ਉਤਾਵਲਾ ਸੀ। ਮੇਰਾ ਰੰਗ ਦੇ, ਮੇਰਾ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ, ਮੇਰਾ ਰੰਗ ਦੇ ਬਸੰਤੀ ਚੋਲਾ, ਮਾਏ ਰੰਗ ਦੇ ਬਸੰਤੀ ਚੋਲਾ। ਇਸ ਰੰਗ ਤੋਂ ਰੰਗ ਕੇ ਸ਼ਿਵ ਨੇ ਸੀਮਾ ਦਾ ਬੰਧਨ ਖੋਲਾ, ਮੇਰਾ ਰੰਗ ਦੇ, ਮੇਰਾ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ, ਮੇਰਾ ਰੰਗ ਦੇ ਬਸੰਤੀ ਚੋਲਾ, ਮਾਏ ਰੰਗ ਦੇ ਬਸੰਤੀ ਵਿੱਚ ਭਾਰਤ ਦੇ ਹੈ, ਨਵ ਬਸੰਤ ਵਿੱਚ ਭਾਰਤ ਦੇ ਹੈ ਵੀਰਾਂ ਦਾ ਏ ਮੇਲਾ, ਮੇਰਾ ਰੰਗ ਦੇ, ਮੇਰਾ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ, ਮੇਰਾ ਰੰਗ ਦੇ ਬਸੰਤੀ ਚੋਲਾ, ਮਾਏ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ, ਮੇਰਾ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ, ਮੇਰਾ ਰੰਗ ਦੇ ਬਸੰਤੀ ਚੋਲਾ, ਮਾਏ ਰੰਗ ਦੇ ਬਸੰਤੀ ਚੋਲਾ, ਮਾਏ ਰੰਗ ਦੇ ਬਸੰਤੀ ਚੋਲਾ। ਜਦੋਂ ਜਲ੍ਹਿਆਂਵਾਲੇ ਬਾਗ ਦੇ ਹੱਤਿਆਕਾਂਡ ਦੀ ਖਬਰ ਲਾਹੌਰ ਅਪੜੀ, ਸਰਦਾਰ ਭਗਤ ਸਿੰਘ, ਜਿਹੜਾ ਉਦੋਂ ਬਾਲਕ ਹੀ ਸੀ, ਸਕੂਲ ਜਾਣ ਦੀ ਥਾਂ ਅੰਮ੍ਰਿਤਸਰ ਜਾ ਪੁੱਜਾ। ਅੰਮ੍ਰਿਤਸਰ ਦੀ ਇਸ ਫੇਰੀ ਤੋਂ ਬਾਅਦ ਭਗਤ ਸਿੰਘ ਹੋਰ ਦਾ ਹੋਰ ਹੋ ਗਿਆ। ਹੁਣ ਉਸਦਾ ਪੜ੍ਹਾਈ ਵਿੱਚ ਮਨ ਨਾ ਲੱਗਦਾ। 1921 ਵਿੱਚ ਮਹਾਤਮਾ ਗਾਂਧੀ ਦਾ ਨਾ ਮਿਲ ਵਰਤਨ ਦਾ ਐਲਾਨ ਸੁਣ ਕੇ ਉਸ ਸਕੂਲ ਜਾਣਾ ਬੰਦ ਕਰ ਦਿੱਤਾ। ਉਹਨਾਂ ਦਿਨਾਂ ਵਿੱਚ ਭਗਤ ਸਿੰਘ ਅਕਸਰ ਇਹ ਸ਼ੇਰ ਗੁਣਗੁਣਾਇਆ ਕਰਦਾ ਸੀ। ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ, ਜਿਨ੍ਹਾਂ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਉਹ ਘਟਨਾ ਜਿਸ ਭਗਤ ਸਿੰਘ ਨੂੰ ਆਤੰਕਵਾਦ ਵੱਲ ਪ੍ਰੇਰਿਆ, ਸਾਈਮਨ ਕਮਿਸ਼ਨ ਦੇ ਲਾਹੌਰ ਅਪੜਨ 'ਤੇ ਉਸ ਦੇ ਵਿਰੁੱਧ ਮੁਜ਼ਾਹਰੇ ਵਿੱਚ ਲਾਲਾ ਲਾਜਪਤ ਰਾਏ ਜੀ ਦੀ ਪੁਲਿਸ ਹੱਥੋਂ ਲਾਠੀਆਂ ਦੀ ਮਾਰ ਸੀ।
एक कैर लाहौर दे अंग्रेज पुलिस कप्तान स्कॉट ते ओदे साथी सैंडर्स दी अगवाई विच टाया गया। भगत सिंह खुद स्टेशन ते मौजूद सी। उसे शाम लाहौर मोरी दरवाजे दे बार बुलाए आम जलसे विच लाला लाजपत राय होरां कहा, जे सरकार ते सरकारी अफसरां दा एही रवैया रहा ते इस दे जवाब विच मुमकिन है, साडे नौजवान साडी परवाह ना करदे होए यह फैसला कर लैण कि मुल्क दी आजादी लई हर तरीका जायज है, इस ते सानू कोई हैरानी नहीं होवेगी। मैं नहीं जानता कि मैं उस दिन वेखण लई जिंदा होवांगा कि नहीं, पर मेरी आत्मा नौजवानां नू यह जंग जितण लई असीस देवेगी। मेरे शरीर ते पई एक एक लाठी ब्रिटिश साम्राज्य दे कफन विच एक एक किल साबत होवेगी। कुछ दिन बाद लाला लाजपत राय ये चोट ना सहारदे होए शहीद हो गए। भगत सिंह ते उहदे साथियां ने फैसला कीता कि वो इस निरादर दा बदला लैणगे। उन्हां पुलिस अफसर सैंडर्स दी गोली मार के हत्या कर दित्ती। पंजाब विचों रुपोश हो के भगत सिंह कलकत्ते चले गए, जिथे उन्हां दी मुलाकात एक हंडे वरते क्रांतिकारी गंगोली नाल होई। उन्हां नूं भगत सिंह ने दस्या कि वह भारत की असैम्बली विच बंब सुटना चाहुंदे हन। इरादा उन्हां दा किसे नूं नुकसान पहुंचाउण दा नहीं सी, केवल एक धमाका करना सी तां जे क्रांतिकारियां दी आवाज उन्हां दे कन्नां तक पुज्जे, जिहड़े उच्चा सुनन दे आदि हो गए सन। आखर बंब सुटिया गया। भगत सिंह ते उहदे साथियां दे खिलाफ मुकदमा चलाया गया। मुकदमा कई महीने चलदा रहा ते उन्हां नूं मौत दी सज़ा दित्ती गई। शहीदी तो 7 हफ्ते पहले 2 फरवरी 1931 नूं भगत सिंह ने देश दे नौजवानां दे नां एक सुनेहे विच किया, ए गल ठीक है कि मैं आतंकवादी रहा हाँ, पर हुण मैं आतंकवादी नहीं हाँ, हुण मैं एक क्रांतिकारी हाँ जिस दे कुछ निश्चित विचार, निश्चित भावना ते एक लंबा प्रोग्राम है। मैनूं बेशक यह दोष दिता जाएगा जिवें लोग राम प्रसाद बिस्मिल नूं देंदे हन कि फांसी दी काल कोठड़ी विच पए पए मेरे विचारां विच कोई तब्दीली आ गई है। अजिही कोई गल नहीं, मेरे विचार अज भी उही ने, मेरा निशाना अज भी उही है जिहड़ा जेल तो बाहर सी। मेरा यह विश्वास है कि असी बंब ते पिस्तौल नाल कोई लाभ प्राप्त नहीं कर सकते। ये गल हिंदुस्तान सोशलिस्ट पार्टी दे इतिहास तो ग्रहण की जा सकती है। केवल बंब सुटना ना सिर्फ व्यर्थ होंदा है सगों कई बार हानिकारक भी।